ਜੇ ਤੁਸੀਂ ਗੁਰਬਾਣੀ ਦੀ ਸ਼ਕਤੀ ਵੇਖਣੀ ਹੈ ਨਾ, ਬਾਬਾ ਦੀਪ ਸਿੰਘ ਜੀ ਕੌਣ ਸੀ? ਉਹ ਜਪਜੀ ਸਾਹਿਬ ਦੇ ਪਾਠ ਕਰਦੇ ਸੀ ਬਹੁਤ ਜ਼ਿਆਦਾ ਰੋਜ਼, ਤੇ ਇੰਨੀ ਸ਼ਕਤੀ ਆ ਗਈ ਸੀ ਕਿ ਲੱਖਾਂ ਦੀ ਫੌਜ ਦੇ ਨਾਲ ਜਾ ਕੇ ਖੰਡਾ ਲੈ ਕੇ ਲੜੇ। ਉਹਨਾਂ ਦੀ ਫੌਜ ਬਹੁਤੀ, ਇਹਨਾਂ ਦੇ ਸਿੰਘ ਥੋੜ੍ਹੇ। ਇੰਨੀ ਜਪਜੀ ਸਾਹਿਬ ਪੜ੍ਹ ਪੜ੍ਹ ਕੇ ਸ਼ਕਤੀ ਆ ਗਈ, ਜੇ ਕੋਈ ਇੱਕ ਪਾਠ ਜਪਜੀ ਦਾ ਕਰੇ, ਇੱਕ ਰਹਿ ਰਸ ਕਰੇ, ਕੀਰਤਨ ਸੋਹਲਾ ਕਰੇ, ਉਹਦੇ ਸਾਰੇ ਕੰਮ ਸਹੀ ਹੋ ਜਾਂਦੇ ਆ। ਨਿਤਨੇਮ ਕਰੇ, ਅੰਮ੍ਰਿਤ ਛਕਲੇ, ਉਹਦੇ ਰੰਗ ਭਾਗ ਲੱਗ ਜਾਂਦੇ। ਮੂਲ ਮੰਤਰ ਦੀਆਂ ਛੇ ਮਾਲਾ ਕਰੇ, ਮਨ ਸ਼ਾਂਤ ਇਕਾਗਰਤਾ ਚ ਆਉਣਾ ਸ਼ੁਰੂ ਹੋ ਜਾਂਦਾ। ਹੱਦੋਂ ਵੱਧ ਗੁਰਬਾਣੀ ਸ਼ਕਤੀ ਹੈ। ਜਿਹੜੇ ਸਕੂਲਾਂ ਚ ਪੜ੍ਹਦੇ ਆ ਨਾ, ਪੰਜ ਪੰਜ ਪਾਠ ਜਪਜੀ ਦੇ ਕਰ ਲਓ, ਕਿਸੇ ਥਾਂ ਤੇ ਜਾਣ ਦੀ ਲੋੜ ਨਹੀਂ। ਪੜ੍ਹਾਈ ਚ ਅਖੀਰ ਤੱਕ ਤੁਹਾਡੇ ਸਾਰੇ ਕੰਮ ਸਹੀ ਚੱਲਣਗੇ, ਨੌਕਰੀ ਲੱਗਣ ਤੱਕ। ਸ਼ਾਮੀ ਰਹਿ ਰਸ ਕਰੋ, ਸੌਣ ਲੱਗਿਆਂ ਕੀਰਤਨ ਸੋਹਲਾ ਪੜ੍ਹੋ, ਪੰਜ ਪਾਠ ਜਪਜੀ ਦੇ ਕਰੀ ਜਾਓ। ਜਿੰਨੀ ਦੇਰ ਪੜ੍ਹਦੇ, ਜਿਹੜੇ ਪੜ੍ਹ ਹਟਿਆ ਉਹ 10 ਪਾਠ ਜਪਜੀ ਦੇ ਕਰਨ ਜਾਂ 2 ਸੁਖਮਣੀ ਦੇ। ਸਾਰੇ ਕੰਮਾਂ ਦਾ ਗੁਰੂ ਨਾਨਕ ਸਾਹਿਬ ਨੂੰ ਫਿਕਰ, ਤੁਹਾਨੂੰ ਫਿਕਰ ਨਹੀਂ। ਇਹ ਚਿੰਤਾ ਜੀ ਐਵੇਂ ਲਾ ਲੈਂਦੇ ਅਸੀਂ ਮਨਾਂ ਨੂੰ, ਕੰਮ ਸਾਡੇ ਹੋਏ ਪਏ ਹੁੰਦੇ। ਜਦੋਂ ਅਸੀਂ ਬਾਬੇ ਦੀ ਟੇਕ ਲੈ ਲਈ, ਗੁਰਬਾਣੀ ਪੜ੍ਹ ਲਈ, ਪਾਠ ਕਰ ਲਿਆ ਜਾਂ ਕਰਵਾ ਲਿਆ, ਮਹਾਰਾਜ ਦੀ ਟੇਕ ਲੈ ਲਈ, ਉਸ ਸਮੇਂ ਕੰਮ ਸਾਡਾ ਹੋ ਜਾਂਦਾ। ਹੁਣ ਕੋਈ ਦਿਨ ਲੱਗਦੇ ਆ ਫਿਰ ਸਾਹਮਣੇ ਆਉਣ ਤੇ, ਅਸੀਂ ਓਨੀ ਦੇਰ ਚਿੰਤਾ ਚ ਸਾਡੀ ਆਦਤ ਹੀ ਹੈ ਕਲਯੁਗੀ ਜੀਵਾਂ ਦੀ, ਕਿ ਐਵੇਂ ਫਿਕਰ ਜੇ, ਐਵੇਂ ਚਿੰਤਾ, ਐਵੇਂ ਡਰੀ ਜਾਣਾ। ਕਰ ਬਾਬਾ ਸਭ ਠੀਕ ਦਿੰਦਾ, ਪਰ ਅਸੀਂ ਡਰ ਡਰ ਕੇ ਭੈ ਦੇ ਨਾਲ ਬਿਮਾਰੀਆਂ ਸਾਨੂੰ ਜਿਹੜੀਆਂ ਨਾ, ਜਿਹੜੀਆਂ ਚਿੰਤਾ ਦੁੱਖ ਹੈ, ਸਾਰੀ ਸਾਡੀ ਕਮਜ਼ੋਰੀ ਸਾਡੀ, ਬਾਬੇ ਦੀ ਬਾਣੀ ਦੀ ਨਹੀਂ। ਇਹ ਜਿੰਨੀਆਂ ਚਿੰਤਾ ਫਿਕਰ ਡਰ ਭੈ ਮੈਂ ਤੂੰ ਦੀਆਂ ਲੜਾਈਆਂ, ਸਾਰੀ ਕਮਜ਼ੋਰੀ ਸਾਡੀ। ਬਾਬੇ ਦੀ ਬਾਣੀ ਤਾਂ ਉਦੋਂ ਹੀ ਕੰਮ ਰਾਸ ਕਰ ਦਿੰਦੀ ਜਦੋਂ ਪੜ੍ਹ ਲਓ, ਉਦੋਂ ਹੀ ਕੰਮ ਫਤਿਹ। ਪੜ੍ਹਿਆ ਇੱਕ ਬਹੁਤ ਪੁਰਾਣੇ ਗ੍ਰੰਥ ਚ ਲਿਖਿਆ ਸੀ ਹਿੰਦੂਆਂ ਦੇ, ਕਿ ਕਲਯੁਗ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਅਵਤਾਰ ਹੋਣਗੇ ਨਾ, ਉਹਨਾਂ ਦੀ ਜਿਹੜੀ ਬਾਣੀ ਉਹਨੂੰ ਕੋਈ ਕੱਟ ਨਹੀਂ ਸਕੇਗਾ। ਕੋਈ ਮੰਤਰ, ਕੋਈ ਇਲਮ, ਕੋਈ ਵੀ ਵੱਡੇ ਤੋਂ ਵੱਡਾ ਜਿੱਤ ਬਾਣੀ ਵਾਲੇ ਦੀ ਹੋਏਗੀ। ਜਿੱਤ ਜਿਹਨੇ ਛਿਲੇ ਕੱਢੇ ਹੋਣ, ਮੰਤਰ ਸਾਧੇ ਹੋਣ, ਮੰਤਰ ਫੂਕੇ ਹੋਣ, ਉਹਦੀ ਪਿੱਠ ਲੱਗੇਗੀ। ਇਹ ਸਭ ਥਾਵਾਂ ਤੇ ਹੁੰਦਾ ਰਿਹਾ, ਸਭ ਥਾਵਾਂ ਤੇ ਹੁੰਦਾ ਰਿਹਾ। ਜਿੰਨਿਆਂ ਬਾਹਮਣਾਂ ਕੋਲ ਜਾਓਗੇ ਉਹਨਾਂ ਬੇੜਾ ਡੁੱਬੋਗੇ, ਜਿੰਨਿਆਂ ਪੁੱਛਾਂ ਪਵਾਉਣ ਵਾਲਿਆਂ ਕੋਲ, ਦੱਸਣ ਵਾਲਿਆਂ ਕੋਲ, ਪਾ ਕਰਨ ਵਾਲਿਆਂ ਕੋਲ ਜਾਓਗੇ, ਸਾਰੇ ਠੱਗਣੇ। ਤੁਹਾਨੂੰ ਪਾਪ ਲੱਗਦਾ, ਇਹਨਾਂ ਕੋਈ ਜਾਣਦਾ, ਪਾਪੀ ਨੇ ਬਹੁਤ, ਇਹ ਠੱਗੀ ਤੇ ਬੈਠੇ ਆ, ਰੱਬ ਦੇ ਨਾਂ ਦਾ ਭੁਲੇਖਾ ਪਾ ਕੇ ਲੋਕਾਂ ਨੂੰ ਬਟੋਰਦੇ। ਇਹਨਾਂ ਦੇ ਦਰਸ਼ਨ ਕਰਨ ਨਾਲ ਹੀ ਪੁੰਨ ਸੜ ਜਾਂਦੇ। ਕਿਸੇ ਬਾਹਮਣ ਪੰਡਿਤ, ਕਿਸੇ ਪੀਰ ਫਕੀਰ ਦੇ ਕੋਲ, ਕਿਸੇ ਜੰਤਰ ਮੰਤਰ ਵਾਲੇ ਕੋਲ, ਕੋਈ ਇੱਧਰ ਚਿਮਟੇ ਚੁਮੜੇ ਧੂਣੀਆਂ ਤਪਾ ਕੇ ਸਭ ਪਖੰਡ ਦੇ ਡੇਰੇ ਆ ਗਿਆ। ਤੁਹਾਡੇ ਨੁਕਸਾਨ ਹੋਣਗੇ, ਪੱਥਰ ਪਾਇਆ ਬੇੜੀ ਡੁੱਬਣੀ ਹੈ, ਤਰਨੀ ਥੋੜਾ। ਇਹ ਜਿੰਨਿਆਂ ਕੋਲ ਜਾਣਾ ਹੈ ਨਾ, ਪੱਥਰ ਹੀ ਪਾਉਣੇ ਆ ਤੁਸੀਂ ਬੇੜੇ ਚ। ਤਾਰਨਾ ਜੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮਹਾਂਪੁਰਖਾਂ ਰਾਹੀਂ ਤਾਰਨਾ, ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਰਾਹੀਂ, ਕਿਸੇ ਨੇ ਨਹੀਂ ਤਾਰਨਾ ਜੀ। ਕਿੱਧਰੋਂ ਨਾ ਕਿੱਧਰੋਂ ਤੁਹਾਡਾ ਨੁਕਸਾਨ ਹੀ ਹੋਣੇ ਆ। ਭਰਮ ਨੇ ਕਿ ਮੈਂ ਪੂਜ ਲਿਆ, ਹੁਣ ਸ਼ਾਇਦ ਮੈਨੂੰ ਪੀਰ ਤੰਗ ਨਹੀਂ ਕਰੇਗਾ, ਨਹੀਂ ਪੂਜਿਆ ਸੀ ਤਾਂ ਆਹ ਦੁੱਖ ਸੁੱਖ ਆਇਆ। ਉਹ ਫਿਰ ਵੀ ਆਈ ਜਾਂਦੇ, ਕਿਤੇ ਹਟ ਗਏ? ਦੀਵੇ ਜਗਾਉਣ ਨਾਲ, ਰੋਡ ਚੜਾਉਣ ਨਾਲ, ਪੀਰਾਂ ਫਕੀਰਾਂ ਨੂੰ ਮੱਥੇ ਟੇਕਣ ਨਾਲ, ਮੜੀਆਂ ਮਸਾਣਾ, ਕਬਰਾਂ, ਦੇਵੀ ਦੇਵਤਿਆਂ ਦੇ ਤਕਲੀਫਾਂ ਆਈ ਜਾਂਦੀਆਂ।
ਹਟੀਆਂ ਕਿਤੇ ਬਾਦਸ਼ਾਹ ਬਣ ਗਏ, ਰਾਜ ਭਾਗ ਲੈ ਕੇ ਬਹਿ ਗਏ। ਇਹ ਤਾਂ ਭਖਾਰੀ ਕਰਦੀਆਂ ਸਾਰੀਆਂ ਚੀਜ਼ਾਂ, ਇਹ ਬੇਡੋਬਣ ਬੇੜਾ ਡੋਬਣ ਵਾਲੀਆਂ। ਗੁਰੂ ਸਾਹਿਬ ਨੇ ਅਵਤਾਰ ਹੀ ਇਹਨਾਂ ਤੋਂ ਖਹਿੜਾ ਛਡਾਉਣ ਵਾਸਤੇ ਉਤਾਰਿਆ ਹੈ ਕਿ ਇਹਨਾਂ ਤੋਂ ਲੋਕਾਂ ਦਾ ਖਹਿੜਾ ਛੁੱਟ ਜੇ ਤੇ ਸੱਚ ਗਿਆਨ ਦੇ ਕੇ। ਗੁਰੂ ਗ੍ਰੰਥ ਸਾਹਿਬ ਦੇ ਕੇ ਮਹਾਰਾਜ ਨੇ ਸਾਨੂੰ ਸੰਭਾਲਤਾ ਵੀ ਲਾਏ, ਪੜ੍ਹ ਪੜ੍ਹ ਕੇ ਆਪਦੀ ਕਲਿਆਣ ਕਰੀ ਜਾਂ, ਪੜ੍ਹ ਪੜ੍ਹ ਕੇ ਸੁੱਖ ਲਈ ਜਾਂ, ਪੜ੍ਹ ਪੜ੍ਹ ਕੇ ਇਸ ਨੂੰ ਦੁੱਖ ਦੂਰ ਕਰੀ ਜਾਂ, ਜੋ ਮਰਜ਼ੀ ਰਾਜਾ ਬਣ ਜਾ। ਬਾਬਾ ਦੀਪ ਸਿੰਘ ਐਸੇ ਸ਼ਕਤੀ ਵਾਲੇ ਬਣ ਗਏ ਕਿ ਲੱਖਾਂ ਦੀ ਫੌਜ ਵਿੱਚ ਸਿਰ ਵੱਢਿਆ ਗਿਆ, ਸਿਰ ਹੱਥ ਤੇ ਧਰ ਲਿਆ ਤੇ ਖੰਡਾ ਫਿਰ ਉਹਨਾਂ ਦੀ ਧੌਣ ਚ ਹੀ ਰਹਿੰਦਾ। ਸਾਰਿਆਂ ਦੀਆਂ ਚੀਕਾਂ ਨਿਕਲ ਗਈਆਂ, ਪਰੇਸ਼ਾਨ ਹੋ ਗਏ ਜਿਹੜੇ ਮਰ ਗਏ ਮਰ ਗਏ, ਬਾਕੀ ਪਾਗਲ ਹੋ ਗਏ ਬਾਬਾ ਜੀ ਦਾ ਸਰੂਪ ਦੇ। ਉਹ ਘਰਾਂ ਚ ਕਿਸੇ ਨੂੰ ਰਾਸ ਨਹੀਂ ਆਏ, ਉਹ ਪਾਗਲ ਹੀ ਰਹੇ ਨੇ, ਉਹਨਾਂ ਨੂੰ ਬਾਬਾ ਖੰਡਿਆਂ ਦਾ ਡਰਾਉਂਦਾ ਹੀ ਰਿਹਾ। ਸਾਰੇ ਭੱਜ ਗਏ, ਸਾਰਿਆਂ ਦੇ ਘਰਾਂ ਚ ਕਸਰਾਂ ਹੋ ਗਈਆਂ ਵੀ ਖੰਡਿਆਲਾ ਬਾਬਾ ਆਉਂਦਾ, ਖੰਡਿਆਲਾ ਬਾਬਾ ਆਉਂਦਾ, ਖੰਡਿਆਲਾ ਆਉਂਦਾ। ਜਿੰਨਾ ਜਿੰਨਾ ਜਾ ਕੇ ਅੰਮ੍ਰਿਤਸਰ ਨੱਕ ਰਗੜੇ, ਮਾਫੀਆਂ ਮੰਗੀਆਂ, ਉਹ ਤਾਂ ਠੀਕ ਹੋ ਗਏ, ਬਾਕੀ ਫਿਰ ਐਵੇਂ ਹੀ ਮਰੇ ਦੁੱਖ ਭੋਗਦੇ। ਬਾਬੇ ਐਡਾ ਬਾਬੇ ਚ ਸ਼ਕਤੀ ਆ ਗਈ ਬਾਣੀ ਦੀ ਕਿ ਬਿਨਾਂ ਸਿਰ ਤੋਂ ਲੜਦੇ ਗਏ। ਉਹਨਾਂ ਨੇ ਕਿਹਾ ਆਹ ਪ੍ਰਤਾਪ ਜੀ ਗੁਰੂ ਗ੍ਰੰਥ ਸਾਹਿਬ ਦਾ, ਆਹ ਪ੍ਰਤਾਪ ਹੈ ਬਾਣੀ ਦਾ। ਕਿਸੇ ਤਵੀਰ ਦਿੱਤਾ, ਕਿਸੇ ਧਾਗਾ ਦਿੱਤਾ, ਕਿਸੇ ਫੂਕ ਮਾਰੀ, ਕਿਸੇ ਨੇ ਸਵਾਹ ਦਿੱਤੀ, ਕਿਸੇ ਨੇ ਕੋਈ ਪੈਸੇ ਲੈ ਲਏ, ਸਵਾਹ ਦਿੱਤੀ। ਜਿੰਦੀ ਸਵਾਹ ਵਿਕੀ ਉਹਨੂੰ ਵੀ ਚਾਹੀਦੀ, ਜਿੰਨੀਆਂ ਫੂਕਾਂ ਵਿਕਣ ਉਹਨੂੰ ਹੋਰ ਕੀ ਚਾਹੀਦਾ, ਉਹ ਤਾਂ ਠੱਗੀ ਤੇ ਬੈਠਾ ਹੀ ਬੈਠਾ। ਜਿੰਦੀਆਂ ਫੂਕਾਂ ਤੇ ਫੂਕਾਂ ਮਾਰੇ ਤੋਂ ਕੀਮਤ ਮਿਲੇ, ਜਿੰਦੀ ਸਵਾਹ ਵਿਕੇ, ਜਿੰਦੀਆਂ ਦਵਾਈ ਬੂਟੀਆਂ ਵਿਕੀ ਜਾਣ, ਉਹਨੂੰ ਹੋਰ ਕੀ ਚਾਹੀਦਾ। ਉਹਨੇ ਬਾਣੀ ਪੜ੍ਹਾ ਕੇ ਕੀ ਲੈਣਾ, ਮੰਤਰ ਨਾਲ ਲਾ ਕੇ ਕੀ ਲੈਣਾ। ਸਾਰਿਆਂ ਦੇ ਸੌਦੇ ਵੇਖਦੇ ਜੇ, ਸਾਰੇ ਮਾਇਆ ਦੀ ਢੇਰੀ ਤੇ ਬੈਠੇ ਆ। ਪਖੰਡ ਇਸ ਕਰਕੇ ਧਾਰੇ ਜੇ, ਇਹਨਾਂ ਤੋਂ ਬਚੋ। ਗੁਰੂ ਨਾਨਕ ਦੇ, ਗੁਰੂ ਗ੍ਰੰਥ ਸਾਹਿਬ ਦੇ ਖਾਲਸੇ ਪੰਥ ਚ ਸ਼ਾਮਿਲ ਹੋਵੋ, ਸਾਰੇ ਬਿਮਾਰੀਆਂ ਭੈ ਤੇ ਕਲੇਸ਼ ਤੇ ਫਿਕਰਾਂ ਤੋਂ ਬਚ ਜਾਵੋਗੇ। ਦਰਬਾਰ ਬੇਫਿਕਰ ਹੋ ਕੇ ਸੌਂਦੇ ਆ ਗੁਰੂ ਦੇ ਸਿੰਘ ਜਿਹੜੇ ਨਾਮ ਜਪਣਾ ਰਹੇ ਆ, ਬੇਫਿਕਰ ਹੋ ਕੇ ਉੱਠਦੇ ਆ, ਰੋਟੀ ਦਾ ਫਿਕਰ ਨਹੀਂ ਕਰਦੇ, ਮਹਾਰਾਜ ਪਰੋਸ ਕੇ ਰੱਖਦਾ ਅੱਗੇ, ਸੋਹਣੇ ਬਸਤਰ ਪਾਉਂਦੇ ਆ, ਰਾਜੇ ਬਣ ਕੇ ਰਹਿੰਦੇ ਆ। ਜਿਹੜੇ ਗੁਰਬਾਣੀ ਚ ਜੁੜੇ ਹੋਏ ਆ, ਉਹਨਾਂ ਨੂੰ ਕੋਈ ਕਲੇਸ਼ ਨੀ, ਕੋਈ ਚਿੰਤਾ ਨੀ। ਰਾਜੇ ਅਜੇ ਡਰ ਡਰ ਕੇ ਜਿਉਂਦੇ ਆ, ਉਹ ਰਾਜਿਆਂ ਤੋਂ ਵੀ ਵੱਡੇ ਨੇ ਜਿਹੜੇ ਮਹਾਰਾਜ ਦੇ ਭਰੋਸੇ ਵਾਲੇ ਆ।